شما اللهم صل على بسم الله الرحمن الرحيم اللهم كن وليك لحجة ابن الحسن صلواتك عليه وعلى آبائه في هذه الساعة وفي كل ساعة من ساعات الليل والنهار وليا وحافظا وقائدا وناصرا ودليلا وعينا حتى تسكنه أرضك طوعا وتمتعه فيها طويلا اللهم يا مدبر الأمور يا باعث من في القبور يا مجري البحور ويا ملين الحديد لداود علیہ السلام پالنے والے محمد والے محمد دا واسطہ ہی بانیانا دا فرشی ادا وچھایا منظور فرما مولا انہاں دے جو جو دلی مقاصد ان پورے فرما انہاں دے بزرگاں دے درجات بلند فرما صغیرہ کبیرہ گناہ معاف فرما مجلس خرچ منظور فرما مولا پہلوان صاحب کو مرید عباس کو مکمل صحت یاب فرما مومنہ دے ویڑے وستے رہن مومن جتھوں جتھوں تشریف فرما ہن مولا سارے دے دینی دنیاوی مقاصد پورے فرما انہاں دے گھراں تے اپنی رحمت دا نزول فرما اے آستانہ تا قیامت آباد فرما ملک مرید عباس کو اپنے بھائیاں بچیاں عزیزاں بھتیجاں نال خوش رکھ تمام مومنین دا ٹورا یا منظور فرما اللہم صلی علی محمد و آل محمد میرا دل ملک مرید عباس بیٹھے بس دعا ہو گئی شبی بنائی کھڑن نہ تے دعا منگوا جا متا مولا ناراض ہو جاوے ایک صلوات پڑھو مل کے پاک نزال تھوڑے تھوڑے قریب آ ونجو مجمع تھوڑا رہ گئے نیڑے آ ونجو دوستو اتھا آ ونجو ایک ایک قدم اگا ونجو اللہم صلی علی محمد رلو رلو نڑیا اللہم صلی علی نعرہ تکبیر نعرہ تکبیر اللہ علی دائی خالق کے اپنے مالک دا نا چاہو نعرہ تکبیر اچھی آواز نال نعرہ تکبیر نعرہ رسالت نعرہ رسالت نعرہ حیدری ولی نعرہ حیدری صلوات بلند آواز بانی دی حیثیت جا سارا دن انتظار کیتی ہے میرے واسطے کافی بیٹھے ہوئے ضروری نہیں جو ہزار دا مجمع میں پڑھی جے تا میرے واسطے تساں سوا لکھے ہوئے تساں اپنے آپ کو تھوڑا نہ سمجھا تا میں مجلس مکمل پڑھ سا جڑے بیٹھے ہوئے سنن واسطے ہی بیٹھے ہوئے جی میں ایک قصیدہ یا دو قصیدے اندھے بعد پنج کیا بات ہے تیرے حوصلہ زندگی ہوئے تواری حیاتی ہوئے ٹائم دی مناسبت نال
ਤੇ ਮਜਮੇ ਦੀ ਮੁਨਾਸਬਤ ਨਾਲ ਇੱਕ ਕਸੀਦੇ ਦਾ ਇੱਕ ਸ਼ੇਰ ਤੇ ਉਹਦੇ ਬਾਅਦ ਇੱਕ ਨਾਤ ਸ਼ਰੀਫ ਸੁਣ ਵੈਨਾ। ਮਜਮਾ ਆਉਂਦਾ ਪਿਆ ਮਾਸ਼ਾ ਅੱਲਾ, ਮੈਂ ਤਾਂ ਮੈਂ ਦੋ ਕਸੀਦੇ ਪੜ੍ਹਾਂ, ਉਹਦੇ ਬਾਅਦ ਵੱਤ ਸ਼ਬੀ ਬਣਾਈ ਖੜੇ ਸ਼ਬੀ ਬਰਾਮਦ ਉਸੀ ਆ ਵਜੋ ਸੀ ਆ ਵਜੋ ਤੁਹਾਡੀ ਇੰਤਜ਼ਾਰ ਹੈ ਆ ਬਿਸਮਿਲਾ ਗਾ ਵਜੋ। ਜਿਹੜੇ ਬਾਹਰ ਖੜੇ ਵੇ ਦੋਸਤੋ ਕੋਈ ਫਾਇਦਾ ਹੈ ਜਾਂ ਵਜੋ ਜਾਂ ਆ ਵਜੋ ਅੰਦਰ ਆ ਵਜੋ ਸੋਹਣੀ ਸਲਵ ਠੀਕ ਹੈ ਜਦ ਮੁਸ਼ਕਿਲ ਸਰ ਪੇਛਾਏ ਔਰ ਤੂੰ ਬੁਲਾਏ ਆਏਗਾ ਆਏਗਾ ਅਲੀ ਅਲੀ ਇਸ ਮੁਸ਼ਕਲੋਂ ਮੈਂ ਬੁਲਾ ਕਰ ਤੋ ਦੇਖੋ ਮੁਸ਼ਕਲ ਮੈਂ ਬੁਲਾ ਕਰ ਤੋ ਦੇਖੋ ਆਏਗਾ ਆਏਗਾ ਅਲੀ ਅਲੀ ਮਿਹਰਬਾਨੀ ਸੇ ਮੁਸ਼ਕਲ ਮੈਂ ਬੁਲਾ ਕਰ ਤੋ ਦੇਖੋ ਆਏਗਾ ਆਏਗਾ ਅਲੀ ਅਲੀ ਸੱਜਦ ਖਾਲੀ ਨਹੀਂ ਵਲੇਂਦੇ ਇਹ ਸਾਰੇ ਲੱਜ ਪਾ ਲੈਣ ਇਹ ਸਾਰੇ ਮੁਸ਼ਕਲ ਕੁਛ ਆਏ ਇਸ ਮਾਲਾ ਕਾ ਬੇਟਾ ਵੀ ਇੱਕ ਐਸਾ ਹੈ ਆਪਣੇ ਹਰ ਅੰਦਾਜ਼ ਮੇਂ ਹੈਦਰ ਜੈਸਾ ਹੈ ਮਿਲ ਕੇ ਹੈਦਰੀ ਹਾਂ ਬਈ ਇਸ ਮਾਲਾ ਕਾ ਬੇਟਾ ਵੀ ਇੱਕ ਐਸਾ ਹੈ ਹਰ ਅਨਦਾਨ ਹੈ ਦਲ ਜੈਸਾ ਹੈ ਇਸ ਮਾਲਾ ਕਾ ਬੇਟਾ ਬੇਕ ਐਸਾ ਹੈ ਆਪਣੇ ਹਰ ਅਨਦਾਨ ਹੈ ਦਲ ਜੈਸਾ ਹੈ ਰਹਿਣਾ ਹੈ ਸਭ ਦੇ ਦਿਲ ਮੇ ਜੋ ਘਰ ਬਸਾ ਕੇ ਅਲਮ ਕੇ ਤਲੇ ਸਰ ਝੁਕਾ ਕਰ ਤੁਝੇ ਸਲਾਮ ਹੈ ਤੁਹਾਡਾ ਸਲਾਮ ਹੈ ਤੁਹਾਡਾ ਬਹੁਤ ਮਿਹਰਬਾਨੀ ਪਹਿਲਵਾਨ ਸਾਹਿਬ ਨਾਤ ਸੁਣਵੇ ਨਾ ਨਾਤ ਤਵੱਜੋ ਮੇਰੇ ਪਾਸੇ ਜਿੱਥੇ ਹੀ ਬੈਠੇ ਹੋਏ ਹਯਾਤੀ ਹੋਈ ਸਾਰੀ ਰਾਤ ਜਾਗਦਾ ਰਹੀਏ ਬਲਕਿ ਤਰਾਏ ਦੀ ਤੂੰ ਦਿਨ ਰਾਤ ਇਮਾਮ ਕੋਟ ਨਵਾਂ ਬਣੇ ਇਹਦੀ ਸਫਾਈ ਦਾ ਸਾਰਾ ਕੰਮ ਤਰਾਏ ਦਿਨ ਤੋਂ ਪਹਿਲਵਾਨ ਵਿੱਚ ਬੈਠਾ ਰਹੀਏ ਨਫੀਸ ਆਦਮੀ ਸਾਰੇ ਇੱਕ ਵਾਰੀ ਦੁਆ ਕਰੋ ਮੌਲਾ ਇਹਦੀ ਜ਼ਿੰਦਗੀ ਦਰਾਜ਼ ਇੱਕ ਕਰੋੜਾਂ ਰੁਪਏ ਇਹ ਚੰਦਾ ਨਹੀਂ ਇਹ ਇੱਕੇ ਘਰ ਦਾ ਖਰਚਾ ਮੌਲਾ ਇਹਨਾਂ ਦੇ ਬਜ਼ੁਰਗਾਂ ਦੇ ਦਰਜਾਤ ਬੁਲੰਦ ਫਰਮਾਵੇ ਜਿਹਨਾਂ ਸ਼ਹੀਦਾਂ ਦੀ ਬਰਸੀ ਹੈ ਮੌਲਾ ਦਰਜਾਤ ਬੁਲੰਦ ਕਰੇ ਇਹ ਖਾਨਦਾਨ ਦੇ ਜਿਤਨਾ ਰਿਸ਼ਤੇਦਾਰ ਬਜ਼ੁਰਗ ਦੁਨੀਆਂ ਤੋਂ ਟੁਰ ਗਏ ਮੌਲਾ ਕਰਵਟ ਕਰਵਟ ਨਾਲ ਬਖਸ਼ੇ
ਮੌਲਾ ਤੁਹਾਡੇ ਸਾਡੇ ਸਾਰਿਆਂ ਦੇ ਬਜ਼ੁਰਗਾਂ ਦੇ ਦਰਜਾਤ ਬੁਲੰਦ ਫਰਮਾਵੇ। ਉੱਚੀ ਸਲਵਾਤ ਪੜ੍ਹੋ, ਮੈਂ ਮਲੂਦ ਸ਼ਰੀਫ ਸੁਣਵੇ ਨਾ ਥੱਕੇ ਵੇ ਮੇਰਾ ਖਿਆਲ ਦਾ ਹੁਣ ਤੱਕ ਸੋਹਣਾ ਦਰੂਦ ਪੜ੍ਹੋ ਰਸੂਲ ਦੀ ਜ਼ਾਤ ਅਤੇ ਰਸੂਲ ਦੀ ਸ਼ਾਨ। ਮਿਹਰਬਾਨੀ ਨਾਤ ਸੁਣਵੇ ਨਾ ਦਿਨ ਸ਼ੀਆ ਨਾਤਾਂ ਨਹੀਂ ਪੜ੍ਹਦੇ, ਜਿਵੇਂ ਅਸਾਂ ਨਾਤਾਂ ਪੜ੍ਹਦੇ ਹਾਂ ਤਾਂ ਗਾਂ ਹੀ ਨਹੀਂ ਆ। ਮਲੂਦ ਸ਼ਰੀਫ ਰਸੂਲ ਦੀ ਸ਼ਾਨ 'ਤੇ ਉੱਚੀ ਆਵਾਜ਼ ਨਾਲ ਸਲਵਾਤ ਪੜ੍ਹੋ ਅਤੇ ਮੈਂ ਜਿੱਥੇ ਅੱਜ ਤੱਕ ਨਹੀਂ ਦਾ ਰਹਿਣ ਗਈ ਉੱਥ ਵੀ ਮੈਂ ਗਈ ਉੱਥ ਐਨ ਗਈ ਮੈਂ ਪੁੱਛਿਆ ਬਾਤ ਹੈ ਇਹੇ ਵੇਲੇ ਬਾਂਧੇ ਖਾ ਲੈ ਸਨ ਜਿਹੜੇ ਥੱਕ ਗਏ ਨੋ ਟੁਰ ਗਏ ਜਿਹੜੇ ਨਹੀਂ ਥੱਕੇ ਉਹ ਬੈਠੇ ਸ਼ੇਰ ਸੁਣਾਓ ਬਈ ਅੱਲਾਹੁਮ ਸੱਲ ਲਾ ਸੈਯਦਨਾ ਵ ਮੌਲਾ ਨਾ ਮੁਹੰਮਦਨ ਅੱਲਾਹੁਮ ਸੱਲ ਲਾ ਸੈਯਦਨਾ ਵ ਮੌਲਾ ਮੁਹੰਮਦਨ ਜਿੱਥੇ ਅੱਜ ਤੱਕ ਨਹੀਂ ਦਾਰ ਮੀਮ ਗਈ ਉੱਥ ਐਨ ਈ ਜਿੱਥੇ ਅੱਜ ਤੱਕ ਨਹੀਂ ਦਾਰ ਗਈ ਉੱਥ ਮੀਮ ਗਈ ਉੱਥ ਐਨ ਗਈ ਜਿੱਥਾ ਜਬਰਾਇਲ ਤੇ ਪਰ ਸੜ ਦੇ ਜਿੱਥਾ ਜਬਰਾਇਲ ਤੇ ਪਰ ਸੜ ਦੇ ਉੱਥ ਸੋਹਰੇ ਦੀ ਨਾ ਲੈ ਨੀ ਅੱਲਾ ਇਹ ਜ਼ਿਕਰ ਕੋਈ ਮਜਮੇ ਦਾ ਮਹਤਾਜ ਹੈ ਤੇ ਕੋਈ ਵਕਤਾਂ ਦਾ ਮਹਤਾਜ ਹੈ ਤੁਹਾਡੀ ਹਯਾਤੀ ਹੋਵੇ ਅੱਲਾਹੁਮ ਸੱਲ ਲਾ ਸੈਯਦਨਾ ਵ ਮੌਲਾ ਨਾ ਮੁਹੰਮਦਨ ਅੱਲਾਹੁਮ ਸੱਲ ਲਾ ਸੈਯਦਨਾ ਵ ਮੌਲਾ ਨਾ ਮੁਹੰਮਦਨ ਇਹਦੀ ਜ਼ਾਤ ਤੇ ਢੇਰ ਸਲਾਮ ਹਨ ਜਿਹਦੇ ਅਰਸ਼ੀ ਆਪ ਗੁਲਾਮ ਸਲਾਮ ਹਨੀ ਜਦ ਆਪ ਗੁਲਾਮ ਹਨੀ ਇਹਦਾ ਰੁਤਬਾ ਮੁੱਲਾ ਕਿਆ ਜਾਣੇ ਇਹਦਾ ਰੁਤਬਾ ਮੁੱਲਾ ਕਿਆ ਜਾਣੇ ਜਦ ਜੀ ਦੇ ਪੁੱਤਰ ਇਮਾਮ ਹਨੀ ਅੱਲਾ ਮਿਹਰਬਾਨੀ ਹਾਇਦਰੀ ਸੋਹਣੇ ਜੁੜ ਗਏ ਵੇ ਦੁਆ ਕਰੇ ਨਾ ਤੁਹਾਡੇ ਵਿਹੜੇ ਵਸਦੇ ਰਹਿਣ ਤੁਸਾਂ ਜ਼ਿੰਦਾਬਾਦ ਹਯਾਤੀ ਹੋਵੇ ਹੀ ਸ਼ੇਰ ਵਾਸਤੇ ਜਿਹੜਾ ਮੈਂ ਹੁਣ ਪੜ੍ਹਨੇ ਭਾਈ ਜਾਨ ਇਹਦੇ ਵਾਸਤੇ ਮੈਂ ਇਹ ਨਾਚ ਸ਼ੁਰੂ ਕੀਤੀ ਹੈ ਸ਼ੇਰ ਹੀ ਹੋਏ ਜਨਾਬ ਇਮਰਾਨ ਕੁੱਕਾ ਫੇਰਾ ਖਾਣਾ ਲਾ ਬੰਦੇ ਦਾ ਪੁੱਤਰ ਬਣਵਾਨ ਤੇ ਕੋ ਪਤਾ ਹੀ ਨਹੀਂ ਇਮਰਾਨ ਕੌਣ ਜੀਵੋ ਜੀਵੋ ਕੀ ਪਾਸੇ ਵਾਲੇ ਜੀਵੋ ਇਮਰਾਨ ਨਾ ਹੁੰਦਾ ਦੀਨ ਨਾ ਬਚਦਾ ਦੀਨ ਬਚਾ ਇਮਰਾਨ ਇਮਰਾਨ ਦੀ ਔਲਾਦ ਤੇਰੇ ਨਬੀ ਦੀ ਸਾਰੀ ਪਰਵਰਿਸ਼ ਜਨਾਬੇ ਇਮਰਾਨ ਨੇ ਕੀਤੀ ਜਨਾਬੇ ਇਮਰਾਨ ਦਾ ਦੀਨ ਤੇ ਬੜਾ ਖਰਚ ਹੋਏ ਵਜ਼ਾਹਤ ਦੀ ਲੋੜ ਨਹੀਂ ਅੱਛੇ ਅੱਛੇ ਚਿਹਰੇ ਖਾਲਿਸ ਮਾਹੌਲ ਖਾਲਿਸ ਮਜਮਾ ਸ਼ੇਰ ਸੁਣਾਉਣਾ ਚਾਹੁੰਦਾ ਇਤਨਾ ਜ਼ਰੂਰ ਆਦਾ ਔਰ ਕਾਫਿਰ ਆਖਣ ਅੱਲਾ ਜਿਹਦੀ ਜੁੱਤੀ ਅਲੀ ਜੋੜੇ ਹੋ ਕੋ ਤਾਂ ਇਮਰਾਨ ਆਏ ਹਾਏ ਹਾਏ ਜਿਹਦਾ ਆਪਣਾ ਪੁੱਤਰ ਅਲੀ ਹੋਏ ਜਿਹਦਾ ਪਾਲਵਾ ਪੁੱਤ ਰਸੂਲ ਹੋਵੇ ਜਿਹਦੀ ਨੂਹ ਬਤੂਲ ਹੋਵੇ ਮੌਲਾ ਨਾ ਮੁਹੰਮਦ ਅੱਲਾਹੁਮ
صلی علی سیدنا و مولانا محمد اللهم صلی علی سیدنا و مولانا تیری اج تئیں اکل مسافر ہے اے فلسفہ سوچ تو غافل ہے تیری اج تئیں اکل مسافر ہے اے فلسفہ سوچ تو غافل ہے تو جال چم کے حاجی ہے تو جال چم کے حاجی ہے جائے جا کے پالیا کافر ہے لتھا چپ کر کے بیوار سوار تے وچ بن دے پیو سگرا دا جو دین تلا دیا کئی واری چایا نام ابا for
ਪਰ ਪੁੱਤਰ ਜਵਾਲੇ ਅਭੀ ਆਏ ਨਹੀਂ ਆਦਾ ਵਤਨ ਵਿੱਚ ਮੈਂ ਕੋ ਸੁਆ Thank you.